ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬੁਟੀਕ ਐਂਡ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਰਾਤ ਮੀਂਹ ਬਹੁਤ ਜ਼ਿਆਦਾ ਆਇਆ, 2-3 ਦਿਨ ਹੋ ਗਏ ਰਾਤ ਨੂੰ ਰੋਜ਼ ਮੀਂਹ ਆਉਂਦਾ ਆ, ਅਤੇ ਸਾਰਾ ਦੇਖੋ ਸਾਰਾ ਕੁਛ ਜਿਹੜਾ ਹੈਗਾ ਗਿੱਲਾ ਹੋਇਆ ਪਿਆ, ਅਤੇ ਜਿਹੜੇ ਰਾਤ ਪੱਲੇ ਪੁੱਲੇ ਬਾਹਰ ਰਹਿ ਗਏ ਉਹ ਵੀ ਆਪਣੇ ਸੁੱਕਣੇ ਪਏ ਆ, ਅਤੇ ਕਿਉਂਕਿ ਗਿੱਲੇ ਹੋ ਗਏ ਸਾਰੇ। ਹੁਣ ਅਸੀਂ ਜਾ ਰਹੇ ਹਾਂ ਮੇਲੇ 'ਤੇ, ਸਾਡੇ ਨਾਨਕੇ ਅਤੇ ਕੁਲਵਿੰਦਰ ਜੀ ਦੇ ਨਾਨਕੇ ਹਨ, ਮੰਮੀ ਦੇ ਪੇਕੇ। ਅਤੇ ਅੱਜ ਉੱਥੇ 8, 9, 10 ਦਾ ਮੇਲਾ ਹੁੰਦਾ ਆ, ਗੁੱਗਾ ਨੌਮੀ ਦਾ, ਗੁੱਗਾ ਜਾਰ ਪੀਰ ਦਾ। ਅਤੇ ਅੱਜ ਆਪਾਂ 10 ਵਾਲੇ ਦਿਨ, 9 ਵਾਲੇ ਦਿਨ ਉੱਥੇ ਜ਼ਿਆਦਾ ਭੀੜ ਹੁੰਦੀ ਹੈ, ਬਹੁਤ ਜ਼ਿਆਦਾ ਰਸ਼ ਹੁੰਦਾ। ਅੱਜ 10 ਹੈਗੀ ਅਤੇ ਅੱਜ 3 ਦਿਨ ਹੈ, ਲਾਸਟ ਦਿਨ ਹੈ। ਅੱਜ ਆਪਾਂ ਚੱਲਾਂਗੇ ਅਤੇ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਫੋਨ ਕਰਿਆ ਹੋਇਆ ਨਾ, ਉਹ ਵੀ ਅੱਜ ਹੀ ਆਉਣਗੇ ਅਤੇ ਸਾਰੇ ਜਾਣੇ ਜਾਵਾਂਗੇ। ਮੰਮੀ ਉਰੀ ਜਾਣਗੇ, ਬਾਪੀ ਨੂੰ ਕਿਹਾ ਵੀ ਤੁਸੀਂ ਵੀ ਚੱਲੋ। ਅਤੇ ਹਰਸ ਅਤੇ ਮੰਮੀ ਵੀਰ ਜੀ ਉਹ 8 ਵਾਲੇ ਦਿਨ ਗਏ ਸੀਗੇ, ਅਤੇ ਫਿਰ ਮੱਥਾ ਟੇਕ ਕੇ ਮਿੱਟੀ ਕੱਢ ਕੇ ਆ ਗਏ ਸੀਗੇ, ਕਿਉਂਕਿ ਹਰਸ ਨੂੰ ਅੱਜ ਛੁੱਟੀ ਨਹੀਂ ਸੀਗੀ, ਉਹਨਾਂ ਨੇ ਜਾਣਾ ਸੀਗਾ ਪੜ੍ਹਨ। ਅਤੇ ਹੁਣ ਬਾਪੀ ਨੂੰ ਲੈ ਕੇ ਜਾਂਦੇ ਹਾਂ, ਵੀਰ ਜੀ ਕਹਿੰਦਾ ਮੈਂ ਵੀ ਨਹੀਂ ਜਾਂਦਾ, ਮੈਂ ਜਾ ਆਇਆ ਪਰਸੋਂ ਦੇ, ਵੀ ਹੁਣ ਤੁਸੀਂ ਬਾਪੀ ਨੂੰ ਲੈ ਜਾਓ ਵੀ ਘਰੇ ਚੱਲ ਹੈਗਾ। ਬਾਪੀ ਜੀ ਕਹਿੰਦੇ ਮੈਂ ਜਾਣਾ ਨਹੀਂ, ਹੁਣ ਦੇਖੋ ਸਾਰਿਆਂ ਦਾ ਜ਼ੋਰ ਲੱਗਿਆ ਵੀ ਬਾਪੀ ਨੂੰ ਲੈ ਕੇ ਜਾਵਾਂਗੇ, ਅਤੇ ਕਹਿੰਦੇ ਮੈਂ ਤੋਂ ਬਾਹਲਾ ਚਿਰ ਬੈਠਿਆ ਨਹੀਂ ਜਾਂਦਾ, ਕਿਉਂਕਿ ਮਾਮਾ ਜੀ ਉਰੀਆਂ ਨੇ ਕਿਹਾ ਸੀਗਾ ਕਿ ਬਾਪੂ ਜੀ ਨੂੰ ਜ਼ਰੂਰ ਲੈ ਕੇ ਆਇਓ, ਹੈ ਨਾ। ਅਤੇ ਹੁਣ ਮਾਮਾ ਜੀ ਨੂੰ ਫੋਨ ਕਰਿਆ ਹੈ, ਮਾਮਾ ਜੀ ਦਾ ਫੋਨ ਆਇਆ ਹੈ ਦੁਬਾਰਾ, ਕਹਿੰਦੇ ਵੀ ਬਾਪੂ ਜੀ ਜ਼ਰੂਰ ਆਵੇ, ਅਤੇ ਬਾਪੂ ਜੀ ਜ਼ਰੂਰ ਆਉਣ। ਚਲੋ ਜੀ, ਹੈ ਨਾ, ਕੀ ਕਹਿੰਦੇ ਹੁਣ ਬਾਪੂ ਜੀ ਜਾਣਗੇ ਕਿ ਨਾ? ਮਾਮਾ ਜੀ ਨਾਲ ਗੱਲ ਹੋਈ ਸੀ, ਮਾਮਾ ਜੀ ਕਹਿੰਦੇ ਲੈ ਕੇ ਆਓ ਇਹਨਾਂ ਨੂੰ ਲਾਜ਼ਮੀ। ਤੇ ਇਹਦੇ ਸਹੁਰੇ ਨੇ ਬਾਪੂ ਦੇ ਇਹ ਜਾਂਦੇ ਨੇ ਹੈਗਾ, ਮਾਨ ਤਾਨ ਕਰਦੇ ਨੇ ਪ੍ਰਾਹੁਣੇ ਦਾ, ਪ੍ਰਾਹੁਣੇ ਦਾ ਮਾਨ ਤਾਨ ਕਰਦੇ ਨੇ, ਪੱਲਾ ਆਪਣਾ ਸਾਰਾ ਪਾੜ ਗਿਆ, ਕਿਉਂਕਿ ਧੁੱਪ ਤੇ ਲੱਗਿਆ ਰਹਿੰਦਾ, ਧੁੱਪ 'ਚ ਪਿਆ ਰਹਿੰਦਾ। ਕਰ ਲਿਆ ਬਾਪੂ ਜੀ ਵੀ ਤਿਆਰ, ਹੁਣ ਕਿਹੜਾ ਧੁੱਪ 'ਚ ਅੱਗੇ ਸਾਈਕਲਾਂ ਤੇ ਜਾਂਦੇ ਤੇ, ਹੁਣ ਤਾਂ ਗੱਡੀ 'ਚ ਏਸੀ ਗੱਡੀ 'ਚ ਬੈਠ ਕੇ ਜਾਣੇ। ਤੇਰਾ ਮੈਂ ਦੱਸਦਾ ਕੀ ਗੱਲ ਹੋਈ, ਮੈਂ ਤੇ ਬੀਬੀ ਬੱਸ ਅੱਡੇ ਚੜ੍ਹਨ ਵਾ ਗਏ, ਬੱਸ ਅੱਡੇ 'ਤੇ ਸਾਨੂੰ ਐਂ ਪਤਾ ਨਹੀਂ ਹੜਤਾਲ ਫਿਕਰ ਜ਼ਿਆਦਾ, ਅਸੀਂ ਅੱਧਾ ਘੰਟਾ ਬੱਸ ਡਿੱਗੀ, 1 ਘੰਟਾ ਆਈ ਨਾ, ਬਾਪੂ ਸਾਈਕਲ 'ਤੇ ਛੱਡ ਕੇ ਜਾਂਦਾ ਨਹਿਰ, ਸਾਨੂੰ ਤਾਂ ਐਂ ਵੀ ਬੱਸ ਆਊਗੀ ਹੜਤਾਲ 'ਚ ਉਦੋਂ। ਹੁਣ ਆਪਾਂ ਚੱਲ ਪਏ ਜੀ ਘਰੋਂ, ਸਾਰੇ ਜਾਣੇ ਤਿਆਰ ਬਿਆਰ ਹੋ ਕੇ, ਚੜ੍ਹ ਪੂਰੀ ਧੁੱਪ ਗਈ, ਅੱਗੇ ਸੁਨੇਹਾ ਚਲੇ ਜਾਂਦੇ ਹੁੰਦੇ, ਅੱਜ ਲੇਟ ਹੀ ਹੋ ਗਏ। ਚਲੋ ਕੋਈ ਨਾ, ਸਾਰੇ ਜਾਣੇ ਜੇ ਜੱਕਾਂ ਜਾਂ ਕਰਦੇ ਕਰਦੇ ਤਿਆਰ ਹੋ ਹੀ ਗਏ। ਸਾਈਕਲ ਚਲਾਉਂਦਾ ਚਲਾਉਂਦਾ ਮੈਂ ਤੁਹਾਨੂੰ ਗੋਡੀ 'ਚ ਨਹੀਂ ਬੈਠੀ ਸੀ, ਮੁੰਡੇ ਨੂੰ ਪਿੱਛੇ ਭਾਲੇ ਉਹ ਚਲਾਉਂਦਾ ਚਲਾਉਂਦਾ ਪੈਡਲਾਂ 'ਤੇ ਖੜਾ ਹੋ ਗਿਆ, ਜੇ ਖੜਾ ਹੋ ਗਿਆ ਬਣੇ ਮੁੰਡਾ ਤਾਂ ਝਿੜਕ ਕੇ ਹੋ ਗਿਆ, ਵੇਹ ਜਿੱਥੇ ਤੇਰਾ ਖੜੀ ਵੇਹ ਜਿੱਥੇ, ਉਹ ਸਿੱਟ ਕੇ ਸਾਈਕਲ ਮੈਂ ਅਸੀਂ ਬਹੁਤ ਕਰਦੇ ਹੋ ਗਏ, ਹਾਂ ਮੁੰਡਾ ਉਹਨੇ ਢਿੱਡ ਨਾਲ ਲਾਇਆ ਜਾ ਕੇ
ਢਿੱਡ ਨਾ ਲੈ ਲੈ ਬਹੂ ਮੈਂ ਮਰ ਜਾ, ਮੈਂ ਕਿਹਾ ਜੇ ਨਹਿਰ 'ਚ ਜਾਂਦਾ ਡੀਪੇ ਦਾ ਕੀ ਕਰਦੇ, ਸੈਂਕੜਾਂ ਦਾ ਖਾਧਾ ਤੀ ਬਸ ਨਹਿਰ ਪੈ ਜਾਂਦੀ। ਪਹਿਲਾਂ ਤੁਰ ਕੇ ਜਾਂਦੇ ਲੋਕ ਇੱਥੇ, ਨਾਲੇ ਜਾ ਰਹੇ ਅਤੇ ਨਾਲੇ ਹੈ ਨਾ ਮੰਮੀ ਹੋਰੀ ਆਪਦੀਆਂ ਪੁਰਾਣੀਆਂ ਗੱਲਾਂ ਦੱਸਦੇ ਜਾ ਰਹੇ ਸੀਗੇ ਸਾਨੂੰ, ਕਹਿੰਦੇ ਜਾਂ ਤਾਂ ਅਸੀਂ ਬੱਸ 'ਤੇ ਜਾਂਦੇ ਮੇਲਾ ਦੇਖਣ, ਵੀ ਜਾਂ ਫਿਰ ਸਾਈਕਲ 'ਤੇ ਜਾਂਦੇ, ਜੇ ਬਾਪੂ ਜੀ ਕੋਲ ਨਹੀਂ ਟਾਈਮ ਹੁੰਦਾ ਸੀਗਾ ਫਿਰ ਬੱਸ 'ਤੇ ਚਲੇ ਜਾਂਦੇ ਸੀਗੇ, ਨਹੀਂ ਫਿਰ ਦੋ ਜਾਣਿਆਂ ਨੂੰ ਨਾਲ ਮੰਮੀ ਨੂੰ ਲੈ ਕੇ ਹੈ ਨਾ ਸਾਈਕਲ 'ਤੇ ਜਾਂਦੇ ਸਾਰੇ ਜਾਣੇ ਮੇਲਾ ਦੇਖਣ। ਚਲੋ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਜੀ ਹੈ ਨਾ, ਫਿਰ ਕਹਿੰਦੇ ਸਕੂਟਰਾਂ 'ਤੇ ਜਾਣ ਲੱਗ ਗਏ, ਸਕੂਟਰ ਹੁੰਦੇ ਸੀਗੇ ਹੈ ਨਾ, ਫਿਰ ਜਿੱਦਾਂ ਮੋਟਰਸਾਈਕਲ ਆ ਗਏ ਹੈ ਨਾ। ਚਲੋ ਹੁਣ ਪਰਮਾਤਮਾ ਨੇ ਜਿਵੇਂ ਆਪਾਂ ਸਾਰਿਆਂ ਕੋਲ ਹੀ ਨੇ ਹੈ ਨਾ ਗੱਡੀਆਂ, ਆਰਾਮ ਨਾਲ ਆ ਜਾ ਸਕਦੇ ਹਾਂ। ਹੁਣ ਜਿਹੜੇ ਹੈਗੇ ਮਾਂ ਬਾਪ ਵੀ ਫਿਰ ਜਿਹੜੇ ਹੈਗੇ ਸਿਖਾਲੇ ਹੋ ਜਾਂਦੇ ਆ ਹੈ ਨਾ, ਜਦੋਂ ਧੀਆਂ ਪੁੱਤਾਂ ਨਾਲ ਜਾਂਦੇ ਨੇ ਵਧੀਆ ਲੱਗਦਾ ਆ ਸਾਨੂੰ, ਬਹੁਤ ਵਧੀਆ ਲੱਗਦਾ ਜਦੋਂ ਮੰਮੀ ਅਤੇ ਬਾਪੂ ਜੀ ਨਾਲ ਜਾਂਦੇ ਆ ਹਰ ਇੱਕ ਜਗ੍ਹਾ 'ਤੇ। ਜੇ ਨਹੀਂ ਵੀ ਜਾਂਦੇ ਤਾਂ ਵੀ ਅਸੀਂ ਉਹਨਾਂ ਨੂੰ ਕਹਿਣੇ ਆ ਵੀ ਤੁਸੀਂ ਵੀ ਚੱਲੋ ਨਾਲ, ਅੱਜ ਬਾਪੂ ਜੀ ਨੇ ਜਾਣਾ ਨਹੀਂ ਸੀਗਾ, ਫਿਰ ਵੀ ਅਸੀਂ ਕਹਿ ਕਹਿ ਕੇ ਜਿਹੜਾ ਹੈਗਾ ਤਿਆਰ ਕਰਕੇ ਲਿਆਏ ਹਾਂ ਵੀ ਚਲੋ ਆ ਜਾਓ ਹੈ ਨਾ, ਬਹਾਨੇ ਨਾਲ ਬੰਦਾ ਮਿਲ ਆਉਂਦਾ ਹੈਗਾ। ਆਪਾਂ ਪਹੁੰਚ ਗਏ ਸੀ ਜੀ, ਹੁਣ ਆਪਾਂ ਸਾਰੇ ਕਿਤੇ ਮੱਥਾ ਟੇਕਾਂਗੇ। ਪਹਿਲਾਂ ਉੱਥੇ ਮਾਮਾ ਜੀ ਹੋਰੀ ਨੂੰ ਮਿਲਿਆ ਇੱਕ ਵਾਰੀ ਅਸੀਂ, ਅਤੇ ਸਾਰੇ ਬੈਠੇ ਆ ਮਾਮਾ ਜੀ ਹੋਰੀ, ਮਾਮਾ ਜੀ ਕੇ ਪਰਿਵਾਰ, ਅਤੇ ਚਲੋ ਅਸੀਂ ਹੁਣ ਮੱਥਾ ਟੇਕ ਕੇ ਫਿਰ ਉਹਨਾਂ ਕੋਲ ਹੀ ਚੱਲਾਂਗੇ। ਪਹਿਲਾਂ ਚਲੋ ਫਿਰ ਧੁੱਪ ਚੜ੍ਹਦੀ ਹੈਗੀ, ਆਪਾਂ ਮੱਥਾ ਟੇਕ ਲਾਂਗੇ। ਇੱਥੇ ਅਸੀਂ ਮਿੱਟੀ ਵੀ ਕੱਢੀ ਹੈ, ਅਤੇ ਇੱਧਰ ਸਾਡੀ ਮਾਸੀ ਜੀ ਦਾ ਪਰਿਵਾਰ ਵੀ ਆਇਆ ਹੋਇਆ ਹੈਗਾ, ਅਤੇ ਇਹ ਸਾਡੇ ਨਾਲ ਹੀ ਆਏ ਆ, ਥੋੜ੍ਹਾ ਜਿਹਾ ਨਾਲ ਜੀ ਇਕੱਠੇ ਜੀ ਹੋ ਗਏ ਥੋੜ੍ਹਾ ਜਿਹਾ ਅੱਗੇ, ਫਿਰ ਅਸੀਂ ਸਾਰੇ ਜਾਣੇ ਇਕੱਠੇ ਰਲ ਕੇ ਹੀ ਮੱਥਾ ਟੇਕ ਰਹੇ ਹਾਂ ਹੈ ਨਾ। ਚਲੋ ਕੱਲ੍ਹ ਨੌਵੀਂ ਵਾਲੇ ਦਿਨ ਕਹਿੰਦੇ ਜ਼ਿਆਦਾ ਭੀੜ ਹੁੰਦੀ ਹੈ, ਅੱਜ ਦਸਵੀਂ ਵਾਲੇ ਦਿਨ ਮੇਲਾ ਤਾਂ ਹੈਗਾ ਬਟ ਥੋੜ੍ਹੀ ਭੀੜ ਚਲੋ ਘੱਟ ਹੈਗੀ, ਅਤੇ ਚਲੋ ਆਰਾਮ ਦੇ ਨਾਲ ਜਿਹੜਾ ਹੈਗਾ ਮੱਥਾ ਟੇਕਿਆ ਜਾਊਗਾ ਜੀ। ਬਹੁਤ ਭੈਣਾਂ ਐਵੇਂ ਦੀਆਂ ਮਿਲੀਆਂ ਜੀ ਜਿਹੜੇ ਹੈ ਨਾ ਆਪਣੇ ਬਲੌਗ ਆਪਣੇ ਵੀਡੀਓ ਦੇਖਦੇ ਆ, ਅਤੇ ਭੈਣ ਹੋਰੀ ਇੱਥੇ ਪੁੱਛਣ ਲੱਗ ਗਏ ਮੈਨੂੰ, ਕਹਿੰਦੇ ਕਿ ਤੁਹਾਡੀ ਰਿਸ਼ਤੇਦਾਰੀ ਕੀ ਹੈ ਦੀਦੀ ਇੱਥੇ। ਮੈਂ ਕਿਹਾ ਵੀ ਭਾਈ ਮੇਰੇ ਨਨੌਰੇ ਆ, ਮੈਂ ਹੱਸਣ ਲੱਗ ਗਈ ਉਹਨਾਂ ਨੂੰ, ਅਤੇ ਕਹਿੰਦੇ ਚਲੋ ਵਧੀਆ ਗੱਲ ਹੈ, ਕਿਉਂਕਿ ਉਹ ਮੈਥੋਂ ਪੁੱਛ ਵੀ ਰਹੇ ਸੀਗੇ ਕਹਿੰਦੇ ਬਲੌਗ ਕਦੋਂ ਤੱਕ ਪਾਓਗੇ, ਵੀ ਅਸੀਂ ਤੁਹਾਡੇ ਸਾਰੇ ਬਲੌਗ ਦੇਖਦੇ ਹਾਂ। ਆਪਾਂ ਸਾਰੇ ਕਿਤੇ ਮੱਥਾ ਟੇਕ ਲਿਆ, ਹੁਣ ਆਪਾਂ ਇੱਥੇ ਜਿਹੜਾ ਕਾਣ ਲੈ ਕੇ ਆਉਂਦੇ ਹੁੰਦੇ ਹਾਂ ਘਰੋਂ ਹੈ ਨਾ, ਉਹ ਪਾ ਦਾਂਗੇ, ਨਾਲੇ ਸੀਰਨੀ ਵਗੈਰਾ, ਇੱਥੇ ਦੇਖੋ ਬਹੁਤ ਜ਼ਿਆਦਾ ਬੈਠੇ ਹੁੰਦੇ ਆ, ਸਾਰਿਆਂ ਨੂੰ ਆਪਾਂ ਪਾ ਦਾਂਗੇ। ਇੱਥੇ ਛੋਟਾ ਜਿਹਾ ਬੱਚਾ ਸੀਗਾ, ਮੈਂ ਜਦੋਂ ਇਹਨੂੰ ਪਾਉਣ ਲੱਗੀ ਕਹਿੰਦਾ ਮੈਨੂੰ ਸਾਰਾ ਹੀ ਦੇ ਦਿਉ, ਮੈਂ ਫਿਰ ਸਾਰਾ ਹੀ ਇਹਨਾਂ ਨੂੰ ਥੋੜ੍ਹਾ ਜਿਹਾ ਆਪਦਾ ਪ੍ਰਸ਼ਾਦ ਕੱਢ ਕੇ ਬਾਕੀ ਸਾਰਾ ਸਮਾਨ ਇਹਨੂੰ ਹੀ ਦਿੱਤਾ। ਮੈਂ ਕਿਹਾ ਚਲੋ ਲੈ ਲੈ ਬੇਟੇ। ਸਾਰੇ ਕਿਤੇ ਮੱਥਾ ਟੇਕ ਕੇ ਆਪਾਂ ਇੱਥੇ ਚੌਂਕੀ ਭਰਨ ਲੱਗ ਗਏ ਜੀ। ਇੱਥੇ ਮਾਮਾ ਜੀ ਦਾ ਪਰਿਵਾਰ ਬੈਠਾ ਸੀਗਾ, ਭੈਣ ਮਾਮਾ ਜੀ ਦੀ ਬੇਟੀ ਆਪਦੇ ਪਰਿਵਾਰ ਨੂੰ ਲੈ ਕੇ ਆਈ ਹੈ, ਨੂੰਹ ਨੂੰ ਵੀ ਲੈ ਕੇ ਆਈ ਹੈ, ਅਤੇ ਆਪਣੀ ਬੇਟੀ ਨੂੰ ਵੀ, ਇਹਨਾਂ ਦੀਆਂ ਦੋਹਤੀਆਂ ਸੀਗੀਆਂ, ਬਹੁਤ ਕਿਊਟ ਜੀਆਂ ਹੈ ਨਾ, ਬਹੁਤ ਨਾਈਸ ਜਿਹਾ ਪਰਿਵਾਰ ਹੈਗਾ। ਸਾਰੇ ਰਿਸ਼ਤੇਦਾਰੀ ਵਧੀਆ ਨੇ ਜੀ, ਬਹੁਤ ਵਧੀਆ ਪਿਆਰ ਸਤਿਕਾਰ ਇੱਕ ਦੂਜੇ ਦਾ ਜਿਹੜਾ ਹੈਗਾ ਕਰਦੇ ਆ, ਅਤੇ ਸਾਰੇ ਜਾਣੇ ਇੱਥੇ ਇਕੱਠੇ ਹੋ ਕੇ ਬੈਠੇ ਸੀਗੇ। ਚਲੋ ਨਾਲੇ ਕਹਿੰਦੇ ਵੀ ਚੌਂਕੀ ਭਰ ਲਾਂਗੇ ਹੈ ਨਾ, ਮੱਥਾ ਵਗੈਰਾ ਆਪਾਂ ਨੇ ਟੇਕ ਲਿਆ, ਇੱਥੇ ਲੱਗੇ ਹੋਏ ਸੀਗੇ ਜਿੱਦਾਂ ਸਵਈਏ ਕਹਿੰਦੇ ਹੁੰਦੇ ਆ, ਜਿਹੜੇ ਗਾਉਂਦੇ ਆ ਤੁਹਾਨੂੰ ਵੀ ਸੁਣਾਉਂਦੇ ਆ। ਭਗਤਾਂ ਨੂੰ ਲੱਗਣ ਪਿਆਰੀਆਂ ਤੇਰੇ ਭਗਤਾਂ।
ਇੱਥੇ ਆਪਾਂ ਨੇ ਮੰਗਾ ਲਿਆ ਜੀ ਖਾਣ ਵਾਲਾ ਸਮਾਨ, ਸਾਨੂੰ ਕੁਛ ਮਿਲਿਆ ਨਹੀਂ, ਅਸੀਂ ਵੋਟੀ ਦੇ ਵਿੱਚ ਹੀ ਪਕੌੜੇ ਪਾ ਲਏ, ਗਰਮ ਗਰਮ ਜਲੇਬੀਆਂ, ਗਰਮ ਗਰਮ ਪਕੌੜੇ ਸਾਰੇ ਜਾਣੇ ਖਾ ਰਹੇ ਨੇਗੇ। ਤੁਸੀਂ ਵੀ ਖਾਓ ਜੀ, ਟੇਸਟ ਕਰੋ, ਬਹੁਤ ਜ਼ਿਆਦਾ ਟੇਸਟੀ ਸੀਗੇ ਪਕੌੜੇ। ਆਪਾਂ ਆ ਗਏ ਸੀ ਜੀ ਘਰ, ਛੋਟੇ ਮਾਮਾ ਜੀ ਕੇ ਘਰ ਆਏ ਸੀਗੇ ਪਹਿਲਾਂ, ਅਤੇ ਹੁਣ ਅਸੀਂ ਇੱਥੇ ਜਾਣ ਲੱਗੇ ਹਾਂਗੇ। ਇਹ ਫਿਰ ਸਾਡੇ ਦੋ ਮਾਮਾ ਜੀ ਹੈਗੇ ਆ, ਫਿਰ ਆਪਾਂ ਬੜੇ ਮਾਮਾ ਜੀ ਕੇ ਘਰ ਵੱਲ ਵੀ ਜਾਵਾਂਗੇ, ਹੈ ਨਾ। ਪਹਿਲਾਂ ਆਪਾਂ ਛੋਟੇ ਮਾਮਾ ਜੀ ਕੇ ਆ ਗਏ ਸਾਰੇ ਜਾਣੇ ਇੱਧਰ ਇਕੱਠੇ ਹੋ ਕੇ, ਹੁਣ ਅਸੀਂ ਬਸ ਜਾਣ ਲੱਗੇ ਸੀਗੇ। ਸਾਰੇ ਜਾਣਿਆਂ ਨੂੰ ਇੰਨੀ ਖੁਸ਼ੀ ਹੋਈ ਕਿ ਬਾਪੂ ਜੀ ਆਏ ਆ ਅੱਜ ਮੇਲੇ 'ਤੇ, ਕਾਫੀ ਸਾਲਾਂ ਬਾਅਦ ਆਏ ਆ ਬਾਪੂ ਜੀ। ਇੱਥੇ ਸਾਰੇ ਜਾਣੇ ਫੋਟੋ ਕਰਵਾ ਰਹੇ ਸੀ। ਹੁਣ ਅਸੀਂ ਆ ਗਏ ਜੀ ਬੜੇ ਮਾਮਾ ਜੀ ਕੇ ਘਰ, ਅਤੇ ਜਾ ਕੇ ਮਿਲਦੇ ਹਾਂ ਅੰਦਰ। ਭੈਣ ਫੋਨ ਕਰੀ ਜਾਂਦੇ ਆ, ਮਾਮਾ ਜੀ ਦੀ ਬੇਟੀ, ਉਹਨਾਂ ਨੇ ਵੀ ਜਾਣਾ, ਕਹਿੰਦੇ ਆ ਜਾਓ ਤੁਸੀਂ ਆਏ ਨਹੀਂ ਹੁਣ ਤੱਕ, ਵੀ ਅਸੀਂ ਜਿਹੜਾ ਹੈਗਾ ਉਡੀਕਦੇ ਹਾਂ ਤੁਹਾਨੂੰ, ਹੈ ਨਾ। ਚਲੋ ਜੀ, ਜੇ ਪਿਆਰ ਦੀ ਗੱਲ ਹੁੰਦੀ ਹੈ, ਹੈ ਨਾ, ਅਤੇ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਆ।